ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜੇਕਰ ਤੁਸੀਂ ਹੇਅਰ ਟ੍ਰਾਂਸਪਲਾਂਟ ਕਰਵਾਉਣਾ ਚਾਹੁੰਦੇ ਹੋ ਪਰ ਤੁਸੀਂ ਡਰਦੇ ਪਏ ਹੋ ਕਿ ਦਰਦ ਬਹੁਤ ਜ਼ਿਆਦਾ ਹੋਵੇਗਾ ਤਾਂ ਤੁਹਾਡੀ ਜੋ ਕਨਫਿਊਜ਼ਨ ਹੈ ਕੁਐਰੀਜ਼ ਨੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਕਲੀਅਰ ਹੋ ਜਾਣਗੇ ਕਿਉਂਕਿ ਮੇਰੇ ਨਾਲ ਹੇਅਰ ਸਪੈਸ਼ਲਿਸਟ ਲੁਧਿਆਣਾ ਦੇ ਸਤਿਅਮ ਹੇਅਰ ਟ੍ਰਾਂਸਪਲਾਂਟ ਕਲੀਨਿਕ ਤੋਂ ਡਾਕਟਰ ਕੇ ਕੇ ਅਰੋੜਾ ਜੀ ਸਟੂਡੀਓ ਦੇ ਵਿੱਚ ਮੌਜੂਦ ਨੇ ਉਹ ਤੁਹਾਨੂੰ ਦੱਸਣਗੇ ਕਿ ਕਿੰਨਾ ਕੁ ਦਰਦ ਹੁੰਦਾ ਜਾਂ ਬਿਲਕੁਲ ਵੀ ਨਹੀਂ ਹੁੰਦਾ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਹਮਦਰਦ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਨਮਸਕਾਰ ਤੇ ਸਤਿ ਸ਼ਕਾਲ ਜੀ ਬਿਲਕੁਲ ਜੀ ਹਰ ਬੰਦਾ ਡਰਦਾ ਹੈ ਕਿ ਮੈਨੂੰ ਦਰਦ ਤਕਲੀਫ ਨਾ ਹੋਵੇ ਕੈਨੇਡਾ ਤੋਂ ਸਾਰੇ ਲੋਕਾਂ ਦੀ ਇਨਕੁਆਇਰੀ ਆਉਂਦੀ ਹੈ ਕਿ ਸਾਨੂੰ ਗੰਜਾਪਨ ਆ ਚੁੱਕਿਆ ਹੈ ਅਸੀਂ ਉਹ ਲਾਉਣਾ ਚਾਹੁੰਦੇ ਹਾਂ ਪਰ ਸਾਨੂੰ ਦਰਦ ਤੋਂ ਬੜਾ ਡਰ ਲੱਗਦਾ ਹੈ ਮੈਂ ਇਸ ਚੀਜ਼ ਨੂੰ ਬਿਲਕੁਲ ਕਲੀਅਰ ਕਰਦੇ ਹਾਂ ਜੀ ਇਹ ਬਿਲਕੁਲ ਪੇਨਲੈਸ ਟੈਕਨੋਲੋਜੀ ਹੈ ਜੇ ਕਿਸੇ ਬੰਦੇ ਨੂੰ ਸੱਟ ਲੱਗਦੀ ਹੈ ਜਾਂ ਕੋਈ ਐਕਸੀਡੈਂਟ ਹੁੰਦਾ ਹੈ ਜਾ ਕੋਈ ਟਾਂਕੇ ਲਾਉਣੇ ਪੈਂਦੇ ਹਨ ਜਾਂ ਮਾਸ ਪੜਦਾ ਤਾਂ ਉਹਨੂੰ 10 ਡਿਗਰੀ ਦੀ ਪੇਨ ਹੁੰਦੀ ਹੈ हेयर ਟ੍ਰਾਂਸਪਲੈਂਟ ਦੇ ਵਿੱਚ 1 ਡਿਗਰੀ ਤੋਂ ਵੀ ਯਾਨੀ ਕਿ ਦਸਵੇਂ ਹਿੱਸੇ ਤੋਂ ਵੀ ਘੱਟ ਪੇਨ ਹੁੰਦੀ ਹੈ ਸਿਰਫ ਇੱਕ ਛੋਟੀ ਜੀ ਸੂਈ ਨਾਲ ਟੀਕਾ ਲਵਾਉਣ ਦਾ ਕਿਸੇ ਕਿਸੇ ਨੂੰ ਪਤਾ ਲੱਗਦਾ ਹੈਗਾ ਪਰ ਹੁਣ ਸਾਡੇ ਕੋਲ ਇੱਕ ਨਵੇਂ ਇੰਸਟਰੂਮੈਂਟ ਆ ਗਏ ਹਨ ਜਿਨ੍ਹਾਂ ਦੇ ਅੱਗੇ ਕੂਲਿੰਗ ਡਿਵਾਈਸ ਲੱਗਿਆ ਜਿਹੜੇ ਵਾਈਬ੍ਰੇਟ ਕਰਦੇ ਹਨ ਉਹਨਾਂ ਦੇ ਲਗਾਉਣ ਨਾਲ ਸਕਿਨ ਫ੍ਰੀਜ਼ ਹੋ ਜਾਂਦੀ ਹੈ ਉਸ ਤੋਂ ਬਾਅਦ ਇੰਜੈਕਸ਼ਨ ਲਾਏ ਦਾ ਵੀ ਪਤਾ ਨਹੀਂ ਲੱਗਦਾ ਇਸ ਤੋਂ ਵੱਧ ਕੇ ਨੀਡਲレス ਅਨਸਥੀसिया ਆ ਗਿਆ ਹੈਗਾ ਬਹੁਤ ਪ੍ਰੈਸ਼ਰ ਦੇ ਨਾਲ ਦਵਾਈ ਸਕਿਨ ਦੇ ਵਿੱਚ ਐਂਟਰ ਕਰ ਜਾਂਦੀ ਹੈ ਤੇ ਹੈਡ ਨੂੰ ਫ੍ਰੀਜ਼ ਕਰ ਦਿੰਦੀ ਹੈ ਪਰ ਕਲਾਇੰਟ ਸਾਰਾ ਟਾਈਮ ਹੋਸ਼ ਦੇ ਵਿੱਚ ਰਹਿੰਦਾ ਹੈ ਸੋ ਇਹ ਟੈਕਨੀਕ ਬਿਲਕੁਲ ਪੇਨ ਫ੍ਰੀ ਟੈਕਨੀਕ ਹੈ ਇਹਦੇ ਵਿੱਚ ਬਿਲਕੁਲ ਦਰਦ ਨਹੀਂ ਹੁੰਦਾ ਕਿਸੇ ਕਿਸਮ ਦਾ ਕੋਈ ਤਕਲੀਫ ਨਹੀਂ ਹੁੰਦੀ ਸੋ ਦੋਸਤੋ ਬਿਲਕੁਲ ਘਬਰਾਉਣ ਵਾਲੀ ਲੋੜ ਨਹੀਂ ਹੈ ਜੇ ਤੁਹਾਨੂੰ ਵਾਲਾਂ ਦੀ ਦਿੱਕਤ ਹੈ ਤੁਸੀਂ ਟ੍ਰਾਂਸਪਲੈਂਟ ਕਰਾਣਾ ਹੈ ਤਾਂ ਤੁਸੀਂ ਸਤਿਅਮ ਹੇਅਰ ਟ੍ਰਾਂਸਪਲੈਂਟ ਆਓ ਅਸੀਂ ਤੁਹਾਡਾ ਪੇਨਲੈਸ ਟੈਕਨੀਕ ਦੇ ਨਾਲ ਵਾਲਾਂ ਦਾ ਟ੍ਰਾਂਸਪਲੈਂਟ ਕਰਾਂਗੇ ਸਾਡਾ ਸੈਂਟਰ ਸਿਰਫ ਲੁਧਿਆਣਾ ਹੀ ਨਾ ਹੋ ਕੇ ਜਲੰਧਰ ਅੰਮ੍ਰਿਤਸਰ ਜੰਮੂ ਤੇ ਅੰਬਾਲਾ ਦੇ ਵਿੱਚ ਵੀ ਹੈਗਾ ਜਿੱਥੇ ਮੋਸਟ ਮਾਡਰਨ ਪੇਨ ਫਰੀ ਟੈਕਨੀਕ ਦੇ ਨਾਲ ਹੇਅਰ ਟ੍ਰਾਂਸਪਲੈਂਟ ਕੀਤਾ ਜਾਂਦਾ ਹੈ ਜੀ ਜੇ ਕਿਸੇ ਨੂੰ ਸਮੱਸਿਆ ਹੈਗੀ ਹੈ ਵਾਲਾਂ ਦੀ ਤਾਂ ਇੰਡੀਆ ਦਾ ਨੰਬਰ +91 ਲਾ ਕੇ 9988 091800 ਦੁਬਾਰਾ ਰਿਪੀਟ ਕਰ ਰਿਹਾ ਹਾਂ ਪਲੱਸ 91 ਇੰਡੀਆ ਦਾ ਕੋਡ ਲਾ ਕੇ 9988091800 ਇਸ ਨੰਬਰ ਦੇ WhatsApp ਦੇ ਉੱਤੇ ਕਾਲ ਕਰੋ ਆਪਣੇ ਸਿਰ ਦੇ ਸਾਹਮਣੇ ਦਾ ਸਿਰ ਦੇ ਉੱਤੇ ਦਾ ਸਿਰ ਦੇ ਪਿੱਛੇ ਦਾ ਫੋਟੋ ਭੇਜੋ ਅਸੀਂ ਵੇਖ ਕੇ ਅਸੈਸ ਕਰਕੇ ਤੁਹਾਨੂੰ ਪੂਰੀ ਡਿਟੇਲ ਦੱਸਾਂਗੇ ਤੁਹਾਨੂੰ ਵੀਡੀਓਜ਼ ਭੇਜਾਂਗੇ ਤੁਹਾਨੂੰ ਰਿਜ਼ਲਟ ਭੇਜਾਂਗੇ ਤੁਹਾਡੀ ਤਸੱਲੀ ਕਰਾਵਾਂਗੇ ਤੇ ਫਿਰ ਜੇ ਤੁਸੀਂ ਰੈਡੀ ਹੋਵੋਗੇ ਤਾਂ ਅਸੀਂ ਤੁਹਾਡੀ ਅਪਾਇੰਟਮੈਂਟ ਬੁੱਕ ਕਰਾਂਗੇ ਜੀ ਡਾਕਟਰ ਸਾਹਿਬ ਕਿਹੜੇ ਸਮੇਂ ਤੁਹਾਨੂੰ ਕਾਲ ਕਰ ਸਕਦੇ ਨੇ ਇਹ ਨੰਬਰ ਹੈਲਪਲਾਈਨ ਨੰਬਰ 24 ਘੰਟੇ ਔਨ ਹੁੰਦਾ ਹੈ ਜੀ WhatsApp ਦੇ ਉੱਤੇ ਫੋਟੋ ਭੇਜ ਸਕਦੇ ਹੋ WhatsApp ਦੇ ਉੱਤੇ ਕਾਲ ਕਰ ਸਕਦੇ ਹੋ ਇਹ ਹੈਲਪਲਾਈਨ ਨੰਬਰ 24 ਘੰਟੇ ਚੱਲਦਾ ਹੈ ਜੀ ਨਾਲੇ ਸਰ ਮੈਨੂੰ ਲੱਗਦਾ ਕਿ ਜਿੰਨੇ ਦਰਸ਼ਕ ਦੇਖ ਰਹੇ ਨੇ ਉਹਨਾਂ ਦੀ ਜ਼ਰੂਰ ਹੀ ਕਨਫਿਊਜ਼ਨ ਦੂਰ ਹੋ ਗਈ ਹੋਵੇਗੀ ਕਿਉਂਕਿ ਬਹੁਤ ਸਾਰੀਆਂ ਨਵੀਆਂ ਟੈਕਨਿਕਸ ਆ ਗਈਆਂ ਜਿਨ੍ਹਾਂ ਨਾਲ ਉਹ ਆਸਾਨੀ ਦੇ ਨਾਲ ਇਲਾਜ ਕਰਵਾ ਸਕਦੇ ਨੇ ਬਿਲਕੁਲ ਜੀ ਜੀ ਥੈਂਕ ਯੂ ਸੋ ਮਚ ਤਾਂ ਉਮੀਦ ਹੈ ਕਿ ਤੁਹਾਡੀ ਜਿੰਨੇ ਵੀ ਕੁਐਰੀਜ਼ ਹੋਣਗੀਆਂ हेयर ट्रांसप्लांटर ਨੂੰ ਲੈ ਕੇ ਉਹ ਹੁਣ ਖਤਮ ਹੋ ਗਈਆਂ ਹੋਣਗੀਆਂ ਕਿਉਂਕਿ ਉਹਨੇ ਸੂਈ ਵੀ ਨਹੀਂ ਲਗਾਈ ਜਾਂਦੀ ਹੈਗੀ ਤੇ ਬਿਲਕੁਲ ਪੇਨਲੈਸ ਜਿਹੜਾ ਟ੍ਰੀਟਮੈਂਟ ਕੀਤਾ ਜਾਂਦਾ ਆ ਅਸ ਏ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਬਣੇ ਰਹੋ ਹਮਦਰ ਟੀਵੀ ਦੇ ਨਾਲ ਸਤਿ ਸ੍ਰੀ ਅਕਾਲ